ਪਰਸੋਂ ਦੀ ਮੀਟਿੰਗ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ। ਨਾ ਤਾਂ ਮੈਨੂੰ ਮੰਤਰੀ ਸਾਹਿਬ ਦਾ ਫੋਨ ਆਇਆ, ਨਾ ਪ੍ਰਦੇਸ਼ ਕਾਂਗਰਸ ਕੋਲ ਫੋਨ ਆਇਆ। ਇਸ ਲਈ ਜਵਾਹਰ ਜੀ ਦਾ ਫੋਨ ਜ਼ਰੂਰ ਆਇਆ ਸੀ। ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਪ੍ਰੋਗਰਾਮ ਬਾਹਰ ਦਾ ਹੈਗਾ ਚੰਡੀਗੜ੍ਹ ਦਾ, ਅਤੇ ਮੈਂ ਉੱਧਰ ਜਾਣਾ। ਸੋ ਅਸੀਂ ਚਲੇ ਗਏ ਕਿ ਜਿੰਨਾ ਲੋਕਾਂ ਨੂੰ ਭੁਲੇਖਾ ਹੈ, ਮੈਂ ਆਵਾਜ਼ 'ਚ ਬੋਲ ਰਿਹਾ ਉੱਚੀ ਆਵਾਜ਼ 'ਚ, ਉਹਨਾਂ ਦਾ ਕੋਈ ਨਾ ਕੋਈ ਬੰਦਾ ਇੱਥੇ ਜ਼ਰੂਰ ਹੈ, ਜਾ ਕੇ ਦੱਸੋ ਪਿਛਲੇ 65 ਸਾਲ 'ਚ ਹਰ ਦਿਨ ਇੱਕ ਇੱਕ ਦਿਨ ਐਸਾ ਸੀ ਜਿਸ ਦਿਨ ਅਸ਼ਵਨੀ ਸੇਖਰੀ ਔਰ ਪਰਿਵਾਰ ਨੇ ਬਟਾਲੇ ਦੇ ਕਿਸੇ ਨਾ ਕਿਸੇ ਬੰਦੇ ਦੇ ਕੰਮ ਆਇਆ ਹੈ। ਪਿਛਲੇ 65 ਸਾਲ 'ਚ ਇੱਕ ਵੀ ਦਿਨ ਐਸਾ ਨਹੀਂ ਸੀ ਜਦੋਂ ਅਸ਼ਵਨੀ ਸੇਖਰੀ ਜਾਂ ਉਹਨਾਂ ਪਰਿਵਾਰ ਕਿਸੇ ਦੇ ਕੰਮ ਨਾ ਆਇਆ ਹੋਵੇ। ਚਾਹੇ ਉਹ 2 ਬੰਦੇ ਸੀ, ਚਾਹੇ 200 ਬੰਦਾ ਸੀ, ਹਰ ਰੋਜ਼ ਲਗਾਤਾਰ 65 ਸਾਲ ਇਸ ਇਲਾਕੇ ਦੀ ਸੇਵਾ ਕੀਤੀ ਹੈ, ਔਰ ਸੇਵਾ ਵੀ ਹੱਥ ਜੋੜ ਕੇ ਸੇਵਾ ਕੀਤੀ ਹੈ। ਭੁਲੇਖੇ ਲਾ ਦਿਓ। ਪਿਛਲੇ 30 ਸਾਲ ਤੋਂ ਕਈ ਲੋਕ ਥੱਕ ਗਏ ਨੇ ਕੋਸ਼ਿਸ਼ ਕਰਕੇ। ਬਟਾਲੇ 'ਚ ਚੁਣਾਵ ਲੜੇਗਾ ਕਾਂਗਰਸ ਪਾਰਟੀ ਦਾ, ਤੇ ਅਸ਼ਵਨੀ ਸੇਖੜੀ ਲੜੇਗਾ। ਤੁਸੀਂ ਆਪਣੇ ਹਲਕੇ ਸੰਭਾਲੋ, 1500 ਤੋਂ ਵੋਟ ਜਿੱਤੇ ਹੋ, ਉਹ ਵੀ ਲੋਧੀ ਲੈਵਲ ਨਾਲ ਬਾਰਗੇਨਿੰਗ ਕਰਕੇ ਕਾਂਗਰਸ ਗੇੜੇ ਪਾ ਕੇ ਜਿੱਤੇ। ਫਿਰ ਚੁਣਾਵ ਕਰਾਓ ਤੇ ਪਤਾ ਚੱਲੇਗਾ ਕੜਾ ਕਿੰਨੇ ਪਾਣੀ 'ਚ ਬੈਠਾ ਹੋਇਆ। ਭੁਲੇਖਾ ਕਿਹਨੂੰ ਹੈ, ਆ ਕੇ ਲਾਵੋ। ਮੈਂ ਚੈਲੰਜ ਕਰਦਾ, ਤੁਸੀਂ ਮੰਤਰੀ ਹੋ, ਅਸ਼ਵਨੀ ਸੇਖੜੀ ਕੁਛ ਵੀ ਨਹੀਂ ਹੈਗਾ। ਜ਼ਿਲ੍ਹਾ ਗੁਰਦਾਸਪੁਰ ਦੇ ਕਿਸੇ ਵੀ ਪਿੰਡ 'ਚ, ਕਿਸੇ ਵੀ ਸ਼ਹਿਰ ਦੇ ਹਲਕੇ 'ਚ ਤੁਸੀਂ ਮੇਰਾ ਜਵਾਬ, ਮੈਂ ਵੀ ਨਹੀਂ ਜਾਂਦਾ, 2-2 ਡੱਬੇ ਰੱਖ ਲਓ, ਦੇਖੋ ਲੋਕੀ ਕਿਹਨੂੰ ਪਸੰਦ ਕਰਦੇ। ਤੁਸੀਂ ਮੰਤਰੀ ਹੋ, ਮੰਤਰੀ ਰਹੋ ਤੇ ਆਪਣੇ ਇਲਾਕੇ ਦਾ ਕੰਮ ਕਰੋ। ਤੁਸੀਂ ਮੰਤਰੀ ਹੋ ਤੇ ਪੰਜਾਬ ਦਾ ਕੰਮ ਕਰੋ, ਬਟਾਲੇ ਤੇ ਮਿਹਰਬਾਨੀ ਕਰੋ। ਬਟਾਲੇ ਨੇ ਅੱਗੇ ਬੜਾ ਸਫ਼ਰ ਕੀਤਾ, ਜੇ ਤੁਸੀਂ ਐਲਾਨ ਕੀਤਾ ਕਿ ਬਟਾਲੇ 'ਚੋਂ ਬੱਸ ਸਟੈਂਡ ਚੁੱਕ ਕੇ ਬਾਹਰ ਦੇ ਦਿੱਤਾ ਜਾਏਗਾ, ਬੜੀ ਵੱਡੀ ਸਾਜਿਸ਼ ਜੇ ਬਟਾਲੇ ਵਾਲਿਓ, ਬੜੀ ਵੱਡੀ ਸਾਜਿਸ਼ ਜੇ। ਵੱਡੇ ਵੱਡੇ ਕੁਝ ਲੈਂਡ ਲਾਰਡ ਦੇ ਨਾਲ ਭਾਈ ਵਾਲੇ ਪੈ ਚੁੱਕੀਆਂ ਜੇ, ਉਹਨਾਂ ਦੀ ਜ਼ਮੀਨਾਂ ਦੇ ਮੁੱਲ ਵਧਾਉਣ ਲਈ, ਉਹਨਾਂ ਦੀ ਜ਼ਮੀਨਾਂ ਦੇ ਪੈਸੇ ਕਰੋੜਾਂ ਰੁਪਏ ਖਰਬਾਂ ਰੁਪਏ ਕਮਾਉਣ ਦੇ ਲਈ ਬਟਾਲੇ ਨੂੰ ਉਜਾੜਨ ਦਾ ਪਲਾਨ ਬਣਿਆ। ਅਸ਼ਵਨੀ ਸੇਖੜੀ ਦੇ ਸਰੀਰ 'ਚ ਬੂੰਦ ਦਾ ਖੂਨ ਦੀ ਬੂੰਦ, ਇੱਕ ਇੱਕ ਬੂੰਦ ਦਾ ਜਦੋਂ ਤੱਕ ਖਤਰਾ ਹੈ, ਬਟਾਲੇ ਤੋਂ ਬੱਸ ਸਟੈਂਡ ਬਾਹਰ ਜਾਣ ਨਹੀਂ ਦੇਣਾ ਮੈਂ ਬਟਾਲਾ ਉਸਦੇ ਵਿੱਚ। ਵੈਸੇ ਤੇ ਇਹ ਮਹਿਕਮਾ ਉਹ ਮੰਤਰੀ ਸਾਹਿਬ ਕੋਲ ਹੀ ਆ। ਫਿਰ ਤੁਸੀਂ ਦੱਸੋ, ਬਟਾਲੇ ਸ਼ਹਿਰ ਦਾ ਸਿਵਲ ਹਸਪੀਟਲ ਬੰਦ ਕਰਕੇ ਦੁਕਾਨਾਂ ਬਣਾਈਆਂ, ਕਿੰਨੇ 100 ਕਰੋੜ ਰੁਪਈਆ ਆਈਆ, ਉਹ ਮੁੰਡਾ ਨੇ ਆਪਣੇ ਕੋਲ ਹੀ ਰੱਖ ਲਿਆ, ਸਾਨੂੰ ਤਾਂ ਕੁਝ ਦਿੱਤਾ ਨੀ। ਪਲਾਨ ਇਹ ਹੈ ਕਿ ਤੁਹਾਡੀ ਜਿਹੜੀ ਜ਼ਮੀਨ ਹੈ ਇਹਨੂੰ ਵੇਚ ਕੇ 2-4 ਹਜ਼ਾਰ ਕਰੋੜ ਰੁਪਇਆ ਕਮਾ ਕੇ ਆਪਣੇ ਕੋਲ ਰੱਖ ਲੈਣ ਤੇ ਸ਼ਹਿਰ ਨੂੰ ਉਜਾੜ ਦੇਣ, ਇਹ ਕੰਮ ਨਹੀਂ ਹੋਣ ਦੇਣਾ। ਅਸੀਂ ਬਿਲਕੁਲ ਇਸ ਚੀਜ਼ ਦਾ ਵਿਰੋਧ ਕਰਦੇ ਹਾਂ, ਔਰ ਮੈਂ ਆਪਣੇ ਪ੍ਰਧਾਨ ਨੂੰ ਕਹਿ ਦਿੱਤਾ, ਮੁੱਖ ਮੰਤਰੀ ਸਾਹਿਬ ਤੱਕ ਮੈਂ ਖੁਦ ਜਾਵਾਂਗਾ, ਆਹ ਤੁਹਾਡੇ ਰੈਜੂਲੇਸ਼ਨ ਹੈ, ਇਹ ਲੈ ਕੇ ਸੀਐਮ ਸਾਹਿਬ ਨੂੰ ਚਿੱਠੀ ਵੀ ਲਿਖੀ ਜਾਏਗੀ ਔਰ ਜਾ ਕੇ ਮਿਲਾਂਗਾ ਬਈ। ਔਰ ਮੈਂ ਤੁਹਾਨੂੰ ਇਸ਼ੋਰ ਕਰਦਾ, ਨਾ ਤੇ ਮੁੱਖ ਮੰਤਰੀ ਜੀ ਬਟਾਲੇ ਸ਼ਹਿਰ ਨੂੰ ਉਜਾੜਨਗੇ ਤੇ ਨਾ ਹੀ ਸਾਡਾ ਮੈਂਬਰ ਪਾਰਲੀਮੈਂਟ ਜਾਖੜ ਸਾਹਿਬ ਬਟਾਲੇ ਨੂੰ ਉਜਾੜੇਗਾ। ਅਸੀਂ ਉਜੜਨ ਨਹੀਂ ਦੇਣਾ, ਬਟਾਲਾ ਵਧਾ ਕੇ ਦੇਣਾ। ਬਾਕੀ ਇਹ ਜਿਹੜੇ ਲੋਕ ਸਾਜ਼ਿਸ਼ਾਂ ਕਰਦੇ ਪਏ ਨੇ ਬਟਾਲੇ ਨੂੰ ਉਜਾੜਨ ਦੀ, ਉਹਨਾਂ ਲੋਕਾਂ ਨੂੰ ਮੈਂ ਵਾਰਨਿੰਗ ਵੀ ਦਿੰਦਾ ਕਿ ਕੋਈ ਨਹੀਂ,
ਡੇਢ ਪੌਣੇ ਦੋ ਸਾਲ ਦੇ ਬੀਤ ਹੀ ਗਏ ਨੇ, ਚੁਣਾਵ ਦੇ ਹਰ ਪੰਜ ਸਾਲ ਚ ਆਉਂਦੇ ਨੇ। ਕੁਰਸੀ ਤੇ ਬਹਿ ਕੇ ਬੰਦਿਆਂ ਨੂੰ ਬੰਦੇ ਸਮਝੋ, ਬੰਦਿਆਂ ਦੀ ਇੱਜ਼ਤ ਕਰੋ, ਉਹਨਾਂ ਕੀੜੇ ਮਕੌੜੇ ਮਤ ਸਮਝੋ, ਕੀੜੇ ਮਕੌੜੇ ਮਤ ਸਮਝੋ। ਕਾਂਗਰਸ ਹੀ ਹੈ, ਕਾਂਗਰਸ ਹੀ ਰਹਿਣਾ ਜਿੰਨੀ ਦੇਰ ਤੱਕ ਮੇਰੇ 'ਚ ਸਾਹਸ ਹੈ, ਮੈਂ ਤੇ ਕਾਂਗਰਸ ਹੀ ਰਹਿਣਾ। ਤੇ ਜੇ ਬਾਹਰੋਂ ਆ ਕੇ ਘੁਸਪੈਠ ਕਰਕੇ ਟੈਰਰਿਸਟਾਂ ਨੂੰ ਸਾਡੀ ਫਿਰ ਕਾਂਗਰਸ ਪਾਰਟੀ 'ਚ ਲਿਆਓਗੇ, ਬਾਹਰੋਂ ਆ ਕੇ ਅੱਤਵਾਦੀਆਂ ਨੂੰ ਸਾਡੀ ਪਾਰਟੀ 'ਚ ਲਿਆਓਗੇ, ਤੇ ਤੁਹਾਡੇ ਲਈ ਵੀ ਦਰਵਾਜ਼ੇ ਬੰਦ ਕਰਾ ਦੇਵਾਂਗੇ। ਅਸੀਂ ਇਹ ਹੋਰ ਨਹੀਂ ਦੇਣਾ। ਮੇਰੀ ਜ਼ੁਬਾਨ ਨਾ ਕਰੋ ਮੰਤਰੀ ਸਾਹਿਬ, ਤੁਹਾਨੂੰ ਮੇਰੀਆਂ ਗੱਲਾਂ ਦਾ ਜਵਾਬ ਨਹੀਂ ਦੇਣਾ ਦਿੱਤਾ ਜਾਏਗਾ। ਅਗਰ ਤੁਸੀਂ ਫਿਰ ਬੋਲੋਗੇ ਤੇ ਹਰ ਤੁਹਾਡੀ ਬੋਲ ਦੇ ਉੱਤੇ ਇੱਕ ਸਵਾਲ ਕਰਾਂਗਾ। ਮੇਰੇ ਕੋਲ 25 ਸਵਾਲ ਐਸੇ ਨੇ ਜਿਹੜਾ ਜਵਾਬ ਤੁਸੀਂ ਕੀ ਤੁਹਾਡਾ ਖਾਨਦਾਨ ਨਹੀਂ ਦੇ ਸਕਦਾ। ਮੰਤਰੀ ਸਾਹਿਬ ਤੁਸੀਂ ਜਿੱਤ ਗਏ ਹੋ, ਰੱਬ ਨੇ ਵਾਹਿਗੁਰੂ ਨੇ ਮਿਹਰ ਕਰਤੀ ਤਾਂ ਤੁਸੀਂ ਮੰਤਰੀ ਬਣ ਗਏ ਹੋ, ਤੇ ਰਾਜ ਕਰੋ ਤੇ ਸੇਵਾ ਕਰੋ। ਐਵੇਂ ਹੀ ਕਾਂਗਰਸੀਆਂ ਨੂੰ ਤੰਗ ਨਾ ਕਰੋ, ਐਵੇਂ ਦੁਖੀ ਬੰਦਿਆਂ ਨੂੰ ਹੋਰ ਦੁਖੀ ਨਾ ਕਰੋ। ਅਗਰ 250 ਵੋਟ ਵੱਧ ਪਈ ਹੁੰਦੀ ਤੇ ਤੁਹਾਨੂੰ ਪਤਾ ਚੱਲਦਾ ਮੰਤਰੀ ਕੌਣ ਬਣਦਾ, ਸ਼ੁਭੀ ਸਿੰਘ ਨਹੀਂ ਬਣਦਾ ਕਿ ਤੁਸੀਂ ਬਣਦੇ, ਤੁਹਾਨੂੰ ਪਤਾ ਚੱਲਦਾ।